ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਸ ਟੀਵੀ ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ ਗੱਲ ਸਿਆਸਤ ਦੀ ਕਰਾਂਗੇ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈਗਾ ਸਿਆਸਤ ਪੱਕੀ ਹੋਈ ਹੈ ਉਮੀਦਵਾਰ ਹੈਗੇ ਨੇ ਜਿਹੜੇ ਨਾਮਜ਼ਦਗੀਆਂ ਭਰ ਚੁੱਕੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਲੇਕਿਨ ਕੋਈ ਵੀ ਪਾਰਟੀ ਇਹ ਨਹੀਂ ਪੁੱਛ ਰਹੀ ਕਿ ਆਖਰ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਅਸੀਂ ਗੱਲਬਾਤ ਕਰਦੇ ਹਾਂ ਨੌਜਵਾਨ ਵਰਗ ਹੈਗਾ ਜਿਹਦਾ ਵੱਡਾ ਹਿੱਸਾ ਹੁੰਦਾ ਚੋਣਾਂ ਦੇ ਵਿੱਚ ਗੱਲ ਕਰ ਲਈਏ ਵੋਟਰ ਨੇ ਜਿਹੜੇ ਨਵੇਂ ਵੋਟਰ ਨੇ ਜਾਂ ਨੌਜਵਾਨ ਨੇ ਆਖਰ ਚਾਹੁੰਦਾ ਕੀ ਹੈ ਪੰਜਾਬ ਪੰਜਾਬ ਦੇ ਵਿੱਚ ਸਰਕਾਰ ਕਿੱਦਾਂ ਦੀ ਹੋਣੀ ਚਾਹੀਦੀ ਹੈ ਸਾਡੇ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਕੀ ਨਾਂ ਹੈ ਤੁਹਾਡਾ ਸਰਕਾਰ ਦੀ ਗੱਲ ਕਰ ਰਹੇ ਹਾਂ ਸਰਕਾਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਲੋਕ ਕੀ ਚਾਹੁੰਦੇ ਨੇ ਮੇਰਾ ਨਾਮ ਰਿਸ਼ਪਿੰਦਰ ਜਿੰਮੀ ਹੈ ਸੂਬਾ ਪ੍ਰਧਾਨ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇਖੋ ਜਿਵੇਂ ਚੋਣਾਂ ਦਾ ਮਾਹੌਲ ਚੱਲ ਰਿਹਾ ਇਸ ਟਾਈਮ ਦੇਸ਼ ਦੇ ਵਿੱਚ ਪੰਜ ਸੂਬਿਆਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਵੈਸੇ ਕੋਈ ਨਵਾਂ ਵਰਤਾਰਾ ਨਹੀਂ ਗਾ 1950 ਤੋਂ ਲੈ ਕੇ ਲਗਾਤਾਰ ਹੀ ਚੋਣਾਂ ਹੁੰਦੀਆਂ ਆ ਰਹੀਆਂ ਨੇ ਪਰ ਆਪਾਂ ਦੇਖ ਸਕਦੇ ਹਾਂ ਕਿ ਕਿਸੇ ਵੀ ਪਾਰਟੀ ਨੇ ਜਾਂ ਕਿਸੇ ਵੀ ਸਰਕਾਰ ਨੇ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਹੁੰਦੇ ਨੇ ਉਹ ਤਾਂ ਕਦੇ ਪੂਰੇ ਕੀਤੇ ਨਹੀਂ ਸਗੋਂ ਲੋਕਾਂ 'ਤੇ ਜਿਹੜਾ ਡੰਡਾ ਵਰਾਉਣ ਦੀ ਰਫ਼ਤਾਰ ਆ ਉਹਨੂੰ ਤੇਜ਼ ਕੀਤੀ ਅਤੇ ਚੋਣਾਂ ਵੇਲੇ ਵੀ ਅੱਗੇ ਪਹਿਲਾਂ ਵਾਲੇ ਟਾਈਮਾਂ 'ਚ ਆਪਾਂ ਦੇਖਦੇ ਸੀਗੇ 90ਵੇਂ ਤੋਂ ਪਹਿਲਾਂ ਵੀ ਕੁਛ ਲੋਕ ਮੁੱਦੇ ਜਿਹੜੇ ਆ ਉਹ ਕੁਛ ਨਾ ਕੁਛ ਹੁੰਦੇ ਸੀਗੇ ਅਤੇ ਪਰ ਜਿਹੜੇ ਆ ਹੁਣ ਉਹ ਚੀਜ਼ਾਂ ਵੀ ਜਿਹੜੀਆਂ ਉਹ ਗਾਇਬ ਹੁੰਦੀਆਂ ਜਾ ਰਹੀਆਂ ਨੇ ਲਗਾਤਾਰ ਆਪਾਂ ਦੇਖ ਸਕਦੇ ਹਾਂ ਕਿ ਹਰੇਕ ਸਰਕਾਰੀ ਕਹਿੰਦੀ ਆ ਕਦੇ ਗਰੀਬੀ ਹਟਾਓ ਦੇ ਨਾਅਰੇ ਲਾ ਦਿੱਤੇ ਜਾਂਦੇ ਨੇ ਕਦੇ ਕਿਹਾ ਜਾਂਦਾ ਗਾ ਵੀ ਭਾਈ ਅਸੀਂ ਸਿੱਖਿਆ ਮੁਫ਼ਤ ਕਰਾਂਗੇ ਕਦੇ ਲੇਕਿਨ ਜਦੋਂ ਸਰਕਾਰਾਂ ਆ ਜਾਂਦੀਆਂ ਨੇ ਉਹ ਸਾਰੇ ਮੁੱਦੇ ਜਿਹੜੇ ਆ ਉਹ ਗੈਪ ਹੁੰਦੇ ਨੇਗੇ ਇਹਨਾਂ ਗੈਪ ਹੋਣ ਦੇ ਪਿੱਛੇ ਕਾਰਨ ਇਹ ਆ ਵੀ ਜਿੰਨੀਆਂ ਵੀ ਇਹ ਸਰਕਾਰਾਂ ਬਣਦੀਆਂ ਨੇ ਇਹ ਸਾਰੀਆਂ ਬਾਅਦ ਦੇ ਵਿੱਚ ਇੱਥੋਂ ਦੇ ਵੱਡੇ ਵੱਡੇ ਜਗੀਰਦਾਰਾਂ ਦੀਆਂ ਅਤੇ ਜਿਹੜੇ ਵੱਡੇ ਵੱਡੇ ਅੰਬਾਨੀ ਹੜਾਉਂਦੇ ਨੇ ਉਹਨਾਂ ਦੇ ਕਠਪੁਤਲੀਆਂ ਬਣ ਕੇ ਰਹਿ ਜਾਂਦੇ ਆਪਾਂ ਸਾਹਮਣੇ ਉਦਾਹਰਨ ਆ ਮਨਪ੍ਰੀਤ ਬਾਦਲ ਦੀ ਮਨਪ੍ਰੀਤ ਬਾਦਲ ਜਿਹੜਾ ਚੋਣਾਂ ਤੋਂ ਪਹਿਲਾਂ ਕਹਿੰਦਾ ਕਿ ਬਠਿੰਡੇ ਦਾ ਜਿਹੜਾ ਥਰਮਲ ਪਲਾਂਟ ਆ ਜਿਹੜਾ ਉਹਦੀਆਂ ਚਿਮਨੀਆਂ 'ਚੋਂ ਧੂਆ ਹੋਊਗਾ ਨਿਕਲੂਗਾ ਦੁਬਾਰੇ ਚੱਲਣਗੇ ਲੇਕਿਨ ਆਪਾਂ ਦੇਖ ਸਕਦੇ ਹਾਂ ਕਿ ਉਸ ਥਰਮਲ ਪਲਾਂਟ ਨੂੰ ਢਹਿ ਢੇਰੀ ਕਰਕੇ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਉਹ ਜਿਹੜਾ ਉਹ ਜ਼ਮੀਨ ਵੰਡਣ ਦਾ ਜਿਹੜਾ ਉਹ ਪਲਾਨ ਲੈ ਜਾਂਦਾ ਸਿੱਖਿਆ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾਈ ਜਾਊਗੀ ਸਿੱਖਿਆ ਦੇ ਵਿੱਚ ਆਹ ਕੀਤਾ ਜਾਊਗਾ ਸਿੱਖਿਆ ਕੁੜੀਆਂ ਨੂੰ ਫ੍ਰੀ ਦਿੱਤੀ ਜਾਊਗੀ ਇਹ ਅਜਿਹੇ ਵਾਅਦੇ ਕੀਤੇ ਨੇ ਆਪਾਂ ਦੇਖ ਸਕਦੇ ਹਾਂ ਕਿ ਕੈਪਟਨ ਅਮਰਿੰਦਰ 800 ਸਕੂਲ ਬੰਦ ਕਰ ਦਿੰਦਾ ਅਤੇ ਜਿਹੜੀ ਨਵੀਂ ਸਿੱਖਿਆ ਬੀਜੇਪੀ ਜਿਹੜੀ ਆ ਉਹ ਲੈ ਕੇ ਆਉਂਦੀ ਆ ਉਹ ਨਵੀਂ ਸਿੱਖਿਆ ਨੀਤੀ ਨੂੰ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਆ ਜਦੋਂ ਕਿ ਆਪਾਂ ਦੇਖਦੇ ਹਾਂ ਕਾਂਗਰਸ ਸਰਕਾਰ ਆ ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਉਵੇਂ ਦੀਆਂ ਹੂ ਬਹੂ ਨੀਤੀਆਂ ਨੂੰ ਲਾਗੂ ਕੀਤਾ ਜਾਂਦਾ ਖੇਤ ਮਜ਼ਦੂਰਾਂ ਦੀ ਗੱਲ ਕਰ ਲਓ ਆਪਾਂ ਕਿਸਾਨਾਂ ਦੀ ਗੱਲ ਕਰ ਲਓ ਆਪਾਂ ਉਹਨਾਂ ਦੇ ਬਾਰੇ ਕਿਹਾ ਜਾਂਦਾ ਭਾਈ ਤੁਹਾਡੇ ਕਰਜ਼ੇ ਮਾਫ਼ ਕੀਤੇ ਜਾਣਗੇ ਤੁਹਾਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣਗੇ ਆਪਾਂ ਦੇਖ ਸਕਦੇ ਹਾਂ ਕਿ ਕਿਹੜੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਆ ਪੰਜ ਪੰਜ ਮਰਲੇ ਦੇ ਪਲਾਟ ਮਿਲਦੇ ਆ ਕਿੰਨੇ ਕਿਸਾਨਾਂ ਦੇ ਜਿਹੜੇ ਆ ਉਹ ਕਰਜ਼ੇ ਮਾਫ਼ ਹੋਏ ਨੇ ਕਿਸੇ ਦਾ 800 ਰੁਪਏ ਦਾ ਕਰਜ਼ਾ ਮਾਫ਼ ਕਰਤਾ ਕਿਸੇ ਦਾ 8000 ਦਾ ਕਰਜ਼ਾ ਮਾਫ਼ ਕਰਤਾ ਜਿਹੜੇ ਲੱਖਾਂ ਦੇ ਕਰਜ਼ੇ ਦੇ ਵਿੱਚ ਜਿਹੜੀ ਡੁੱਬੀ ਹੋਈ ਕਿਸਾਨੀ ਆ ਲਗਾਤਾਰ ਖੁਦਕੁਸ਼ੀਆਂ ਹੋ ਰਹੀਆਂ ਨੇ ਮਾਲਵਾ ਖੁਦਕੁਸ਼ੀਆਂ ਦੇ ਨਾਲ ਭਰਿਆ ਪਿਆ ਇਹ ਸਾਰੇ ਮੁੱਦੇ ਨੇ ਜਿਹੜੇ ਉਹ ਗਾਇਬ ਨੇ ਔਰ ਬਾਅਦ ਦੇ ਵਿੱਚ ਚਾਹੇ ਚੰਨੀ ਜੀ ਆਉਂਦੇ ਨੇ ਆਪਣੀ ਜਿਹੜੀ ਆ ਉਹ ਲੋਕਵਾਦੀ ਪੋਲਿਟਿਕਸ ਜਿਹੜੀ ਆ ਉਹ ਕਰਦੇ ਆ ਅਤੇ ਉਹਦੇ ਵਿੱਚ ਵੀ ਲਗਾਤਾਰ ਦੇਖੋ ਜੀ ਅਸੀਂ ਬਿਜਲੀ ਦੇ ਬਿੱਲ ਮਾਫ਼ ਕਰਤੇ ਅਸੀਂ ਦੇਖੋ ਜੀ ਆਹ ਰੇਤੇ ਦਾ ਰੇਟ ਘਟਾਤਾ ਅਸੀਂ ਦੇਖੋ ਜੀ ਆਹ ਪੰਜਾਬੀ ਯੂਨੀਵਰਸਿਟੀ ਦਾ ਵਿੱਤੀ ਘਾਟਾ ਪੂਰਾ ਕਰਤਾ ਅਤੇ ਹੁਣੇ ਖਬਰ ਪਤਾ ਚੱਲਦੀ ਆ ਵੀ ਇਹ ਸਾਰੇ ਜਿਹੜੇ ਉਹਨਾਂ ਨੇ ਕੀਤੇ ਹੋਈਆਂ ਜਿਹੜੀਆਂ ਗੱਲਾਂ ਸੀ ਉਹ ਠੁੱਸ ਸਾਬਤ ਹੋਈਆਂ ਨੇ ਪੰਜਾਬੀ ਯੂਨੀਵਰਸਿਟੀ ਜਿੱਥੇ ਅਸੀਂ ਖੜ੍ਹ ਕੇ ਗੱਲ ਕਰ ਰਹੇ ਹਾਂ ਇਹ 300 ਕਰੋੜ ਤੋਂ ਵਧੇਰੇ ਕਰਜ਼ੇ ਜੜੂਬੀ ਹੋਈ ਆ ਅਤੇ ਇਹਦੇ 'ਤੇ ਬੈਂਕ ਦੇ ਕੋਲ ਇਹਨੇ ਆਪਣੀਆਂ ਬਿਲਡਿੰਗਾਂ ਗਹਿਣੇ ਰੱਖੀਆਂ ਹੋਈਆਂ ਨੇਗੀਆਂ ਘਾਟਾ ਇਹਦਾ ਇੰਨਾ ਜ਼ਿਆਦਾ ਆ ਕਿ ਇਹ ਯੂਨੀਵਰਸਿਟੀ ਜਿਹੜੀ ਮਾਲਵੇ ਦੀ ਇੱਕੋ ਯੂਨੀਵਰਸਿਟੀ ਆ ਇਹ ਪੁਆਧ ਨੂੰ ਲੱਗਦੀ ਆ ਅਤੇ ਦੁਨੀਆ ਦੀ ਸੰਸਾਰ ਦੀ ਦੂਜੇ ਨੰਬਰ ਦੀ ਯੂਨੀਵਰਸਿਟੀ ਜਿਹੜੀ ਪੰਜਾਬੀ ਭਾਸ਼ਾ ਦੇ ਨਾਂ 'ਤੇ ਬਣੀ ਹੋਈ ਆ ਜਿਹਦੇ ਨਾਲ ਐਡਾ ਵੱਡਾ ਧੋਖਾ ਜਿਹੜਾ ਇਹ CM ਚੰਨੀ ਨੇ ਕੀਤਾ ਗਾ ਅਤੇ ਆਪਾਂ ਦੇਖ ਸਕਦੇ ਹਾਂ ਹੋਰ ਵੀ ਜਿੰਨੀਆਂ ਪਾਰਟੀਆਂ ਨੇ ਤੁਸੀਂ ਦੇਖੋਗੇ ਉਹਨਾਂ ਕੋਲ ਜਿਹੜੇ ਮੁੱਦੇ ਨੇ ਜਿਹੜੇ ਅਸਲੀ ਲੋਕਾਂ ਦੇ ਮੁੱਦੇ ਹੋਣੇ ਚਾਹੀਦੇ ਨੇ ਇੱਥੇ ਜਿਹੜੀ ਆ ਜ਼ਮੀਨ ਆ ਜਿਹੜੀ ਆ ਉਹ ਲੋਕਾਂ 'ਚ ਗਰੀਬ ਲੋਕਾਂ 'ਚ ਵੰਡੀ ਜਾਵੇ ਔਰ ਮਤਲਬ ਲੋਕਾਂ ਨੂੰ ਪਲਾਟ ਦਿੱਤੇ ਜਾਣ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ MSP ਦੀ ਗੱਲ ਕੀਤੀ ਜਾਵੇ ਔਰ ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਜਿਹੜੀਆਂ ਕਿਸਾਨਾਂ ਦੀਆਂ ਲਾਗਤਾਂ ਦੇ ਮੁੱਲ ਨੇ ਉਹ ਘਟਾਉਣ ਦੀ ਗੱਲ ਨਹੀਂ ਹੋ ਰਹੀ ਹੈਗੀ ਬਸ ਮਤਲਬ ਚਿਹਰਿਆਂ ਦੀ ਰਾਜਨੀਤੀ ਹੋ ਰਹੀ ਆ ਅਸੀਂ ਇਹ ਸਮਝਦੇ ਹਾਂ ਕਿ ਕਿਹੜੀ ਵੀ ਪਾਰਟੀ ਆ ਇਹਨਾਂ ਸਾਰੀਆਂ ਪਾਰਟੀਆਂ ਨੀਤੀ ਦੇ ਤੌਰ 'ਤੇ ਇੱਕ ਨੇ ਇੱਕ ਮਤ ਨੇ ਇਹਦੇ ਵਿੱਚ ਸੰਯੁਕਤ ਸਮਾਜ ਮੋਰਚਾ ਵੀ ਸ਼ਾਮਲ ਆ ਇਹ ਚਾਹੇ ਆ ਕੇ ਗੱਦੀਆਂ 'ਚ ਕੋਈ ਵੀ ਬਹਿ ਜਾਏ ਇਹਨਾਂ ਨੇ ਲੋਕਾਂ ਦੇ ਚੰਮਦੀਆਂ ਚਲਾਉਣੀਆਂ ਨੇ ਲੋਕਾਂ ਦੀ ਜਿਹੜੀ ਮੁਕਤੀ ਦਰ ਆ ਇੱਕੋ ਇੱਕ ਆ ਜਦੋਂ ਲੋਕ ਸੰਘਰਸ਼ ਕਰਦੇ ਆ ਜਿਹਦੀ ਸਭ ਤੋਂ ਵੱਡੀ ਅਤੇ ਸਭ ਤੋਂ ਉੱਗੜਵੀਂ ਪੂਰੀ ਦੁਨੀਆ ਦੇ ਵਿੱਚ ਸਾਡੇ ਪੰਜਾਬੀਆਂ ਨੇ ਉਦਾਹਰਨ ਪੇਸ਼ ਕੀਤੀ ਆ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਹੁੰਦੇ ਨੇ ਅਤੇ ਕਾਨੂੰਨ ਵਾਪਸ ਵੀ ਕਰਾਏ ਜਾ ਸਕਦੇ ਨੇ ਅਤੇ ਉਹ ਸੰਘਰਸ਼ ਦੇ ਸਿਰ 'ਤੇ ਵਾਪਸ ਕਰਵਾਏ ਜਾ ਸਕਦੇ ਨੇ ਅਤੇ ਸਾਡੇ ਕਿਸਾਨਾਂ ਨੇ ਉਹ ਕਰਕੇ ਦਿਖਾਇਆ ਅਤੇ ਪੰਜਾਬ ਦਾ ਜਿਹੜਾ ਨਾਮ ਆ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਔਰ ਜਿਹੜਾ ਮੋਦੀ ਕਹਿੰਦਾ ਨਾ ਕਿ ਮੈਂ ਜਦੋਂ ਕਾਨੂੰਨ ਲਿਆਂਦਾ ਕੋਈ ਵੀ ਉਹ ਵਾਪਸ ਨਹੀਂ ਕਰ ਸਕਦਾ ਅਤੇ ਜਿਹੜਾ ਵੀ ਉਹ ਕਾਨੂੰਨ ਲਿਆਂਦਾ ਸੱਚੀ ਮੁੱਚੀ ਉਹ ਵਾਪਸ ਨਹੀਂ ਹੋਏ ਲੋਕਾਂ ਨੇ ਧਰਨੇ ਲਾਏ ਲੇਕਿਨ ਪੰਜਾਬੀਆਂ ਨੇ ਪੰਜਾਬੀ ਕਿਸਾਨਾਂ ਨੇ ਇਹ ਵਾਪਸ ਕਰਕੇ ਦਿਖਾਏ ਨੇ ਅਤੇ ਆਪਦੇ ਡਾਂਗਾਂ ਦੇ ਵਿੱਚ ਝੰਡੇ ਪਾ ਕੇ ਲਗਾਤਾਰ
ਨਾ ਵੋਟਾਂ ਤੋਂ ਬਾਅਦ ਕਿਹਾ ਨਾ ਕਿਸਾਨਾਂ ਦੀ ਰਾਏ ਲਏਗੀ। ਸਿਰਫ ਤੇ ਸਿਰਫ ਜੇ ਜੇ ਕੋਈ ਤਬਦੀਲੀ ਆਉਂਦੀ ਆ ਉਹ ਲੋਕ ਲਿਆਉਂਦੇ ਨੇ, ਲੋਕ ਸੰਘਰਸ਼ਾਂ ਨਾਲ ਹੀ ਲਿਆ ਸਕਦੇ। ਅਗਰ ਗੱਲ ਕਰ ਲਈਏ ਕਿ ਨੇਤਾਵਾਂ ਦੀਆਂ ਚੋਣਾਂ ਜ਼ਰੂਰ ਹੋ ਰਹੀਆਂ ਨੇ ਲੇਕਿਨ ਵਿਦਿਆਰਥੀਆਂ ਦੀ ਚੋਣ ਜਿਹੜੀ ਬੰਦ ਕਰ ਦਿੱਤੀ ਗਈ ਹੈ, ਮੁੱਦਿਆਂ ਦੀ ਰਾਜਨੀਤੀ ਨਹੀਂ ਹੋ ਰਹੀ ਤਾਂ ਸਿਰਫ ਚਿਹਰਿਆਂ ਦੇ ਪਿੱਛੇ ਜਿਹੜੀ ਰਾਜਨੀਤੀ ਛਿਪ ਕੇ ਰਹਿ ਗਈ ਹੈ ਕਿ ਇਸ ਨੂੰ ਹਰਾਉਣਾ ਇਸ ਨੂੰ ਹਰਾਉਣਾ, ਕੀ ਕਹੋਗੇ ਕਿਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ? ਦੇਖੋ ਜੀ, ਇਹਦੇ ਵਿੱਚ ਇਹ ਮੇਰਾ ਨਾਮ ਪ੍ਰਿਤਪਾਲ ਸਿੰਘ ਹੈ, ਮੇਰਾ ਨਾਮ, ਮੈਂ ਪੰਜਾਬੀ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹਾਂ ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਹਾਂ। ਅਤੇ ਜਿਹੜਾ ਅਸੀਂ ਕਰੰਟ ਸਿਨਾਰੀਓ ਦੇਖੀਏ ਪੂਰੀ ਪੋਲੀਟਿਕਸ ਦਾ, ਪੰਜਾਬ ਦੀ ਪੋਲੀਟਿਕਸ ਦਾ ਖਾਸ ਕਰਕੇ, ਉਹਦੇ ਵਿੱਚ ਇਹ ਗੱਲ ਹੈ ਕਿ ਚਿਹਰਿਆਂ ਦੇ ਉੱਤੇ ਜਿਹੜਾ ਗਾ ਵੋਟ ਮੰਗੀ ਜਾ ਰਹੀ ਹੈਗੀ ਅਤੇ ਚਿਹਰਿਆਂ ਦੇ ਨਾਂ 'ਤੇ ਹੀ ਜਿਹੜੀ ਆ ਪੂਰੀ ਦੀ ਪੂਰੀ ਪੋਲੀਟਿਕਸ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ। ਕਦੇ ਸੀ ਐੱਮ ਚੰਨੀ ਹੋ ਗਿਆ, ਕਦੇ ਭਗਵੰਤ ਮਾਨ ਹੋ ਗਿਆ, ਕਦੇ ਕਿਹੜਾ ਹੋ ਗਿਆ, ਇਹ ਚੀਜ਼ਾਂ ਚੱਲਦੀਆਂ ਪਈਆਂ ਨੇਗੀਆਂ। ਇਹ ਬਿਲਕੁਲ ਸੱਚਾਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਮੁੱਦੇ ਨੇ, ਵਿਦਿਆਰਥੀਆਂ ਦੇ ਮੁੱਦੇ ਨੇਗੇ, ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦੇ ਮੁੱਦੇ ਨੇਗੇ, ਉਹ ਬਿਲਕੁਲ ਹੀ ਗਾਇਬ ਨੇਗੇ। ਕਿਸੇ ਪਾਰਟੀ ਨੇ ਰੁਜ਼ਗਾਰ ਦੇ ਮੁੱਦੇ 'ਤੇ ਕੋਈ ਗੱਲ ਨਹੀਂ ਕੀਤੀ। ਰੁਜ਼ਗਾਰ ਦਾ ਮੁੱਦਾ ਜਿਹੜਾ ਹੈਗਾ ਉਹ ਬਿਲਕੁਲ ਹੀ ਗਾਇਬ ਹੀ ਹੈਗਾ। ਰੁਜ਼ਗਾਰ ਦਾ ਮੁੱਦਾ ਜਿਹੜਾ ਪਹਿਲਾਂ ਜਿਹੜੀ ਪਿਛਲੀਆਂ ਚੋਣਾਂ ਦੇਖੀ ਉਹਨਾਂ ਦੇ ਵਿੱਚ ਹੈ ਸੀਗਾ ਕਿਤੇ ਨਾ ਕਿਤੇ ਕਿ ਰੁਜ਼ਗਾਰ ਦੀ ਗੱਲ ਕੀਤੀ ਜਾਂਦੀ ਸੀ ਉਹਨਾਂ ਮੁੱਦਿਆਂ ਉਹਨਾਂ ਚੋਣਾਂ ਦੇ ਵਿੱਚ, ਪਰ ਇਸ ਵਾਰ ਤਾਂ ਬਿਲਕੁਲ ਹੀ ਗਾਇਬ ਕਰਤਾ ਉਹਨਾਂ ਨੇ। ਦੂਜੇ ਪਾਸੇ ਕੀ ਹੈਗਾ, ਜਿਹੜੀਆਂ ਸਿਹਤ ਸਹੂਲਤਾਂ ਨੇਗੀਆਂ ਉਹ ਸਾਡਾ ਮੁੱਦਾ ਗਾ। ਸਿਹਤ ਸਹੂਲਤਾਂ ਜਿਹੜੀਆਂ ਮੁਫ਼ਤ ਹੋਣੀਆਂ ਚਾਹੀਦੀਆਂ ਨੇਗੀਆਂ। ਅਸੀਂ ਦੇਖਿਆ ਗਿਆ ਕਿ ਪਿਛਲਾ ਸਮਾਂ ਸੀ ਜਿਹੜਾ ਕਰੋਨਾ ਦਾ ਇੱਕ ਚਲਾ ਕੇ ਇਹਨਾਂ ਨੇ, ਅਤੇ ਕੀ ਕੁਛ ਕਿੰਨਾ ਹੀ ਜਿਹੜਾ ਕਿੰਨਾ ਹੀ ਜਿਹੜਾ ਐਕਸਪੋਜ਼ਰ ਹੋਇਆ ਗਾ ਉਹਦਾ, ਕਿ ਜਿਹੜਾ ਸਾਡਾ ਹੈਲਥ ਸਿਸਟਮ ਹੈਗਾ ਉਹ ਕਿੱਥੇ ਖੜਾ ਗਾ। ਅਤੇ ਨਾਲ ਦੀ ਨਾਲ ਕੀ ਹੈਗਾ, ਜਿਹੜੀ ਸਾਡੀ ਐਜੂਕੇਸ਼ਨ ਆ, ਐਜੂਕੇਸ਼ਨ ਦਾ ਜਿਵੇਂ ਸਾਥੀ ਨੇ ਗੱਲ ਕਰਿਆ ਕਿ ਨਵੀਂ ਸਿੱਖਿਆ ਨੀਤੀ ਉਹ ਬਹੁਤ ਤੇਜ਼ੀ ਦੇ ਨਾਲ ਲਾਗੂ ਕਰਕੇ ਜਿਹੜੀ ਸਾਡੀ ਜਿਹੜੀ ਸਿੱਖਿਆ ਗੀ ਉਹਨੂੰ ਤਬਾਹ ਕੀਤਾ ਜਾ ਰਿਹਾ ਹੈਗਾ, ਅਤੇ ਉਹਨੂੰ ਜਿਹੜੇ ਆਮ ਲੋਕ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਹੱਥਾਂ ਤੋਂ ਵੀ ਦੂਰ ਕੀਤਾ ਜਾ ਰਿਹਾ ਹੈਗਾ। ਅਤੇ ਦੂਜੇ ਪਾਸੇ ਦੇਖੀਏ ਰੁਜ਼ਗਾਰ, ਜਿਹੜਾ ਰੁਜ਼ਗਾਰ ਦਾ ਵੱਡਾ ਮੁੱਦਾ ਇਸ ਸਮੇਂ ਯੂਥ ਦਾ ਗਾ, ਜਿਹੜਾ 90 ਲੱਖ ਦੇ ਕਰੀਬ ਜਿਹੜੀ ਗਿਣਤੀ ਪਹੁੰਚ ਗਈ ਆ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੇ, ਉਹਦੇ ਵਿੱਚ ਜਿਹੜੇ ਯੂਥ ਆ ਪੂਰਾ, ਜਿਹੜੇ ਸਟੂਡੈਂਟਸ ਨੇ, ਜਿਹੜੇ ਜਿਨ੍ਹਾਂ ਕੋਲ ਡਿਗਰੀਆਂ ਨੇਗੀਆਂ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੇ ਗਏ ਨੇਗੇ ਉਹਨਾਂ ਦਾ ਮੁੱਦਾ ਗਾ। ਅਤੇ ਦੂਜੇ ਇੱਕ ਨਵਾਂ ਜਿਹੜਾ ਪਿਛਲੇ ਸਮੇਂ ਇੱਕ ਸਰਕਾਰ ਨੇ ਟ੍ਰੈਂਡ ਸੈੱਟ ਕੀਤਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਪੂਰੇ ਦੇਸ਼ ਦੇ ਨੌਜਵਾਨ ਨੇ ਉਹਨਾਂ ਨਾਲ ਇੱਕ ਧੋਖਾ ਜਿਹੜਾ ਗਾ ਕਰਨਾ ਸ਼ੁਰੂ ਕਰਤਾ। ਉਹ ਕੀ ਸੀ ਕਿ ਅਰਜ਼ੀਆਂ ਕੱਢਦੇ ਸੀ ਨੌਕਰੀਆਂ ਦੇ ਲਈ, ਪਰ ਉਹ ਕੀ ਕਰਦੇ ਸੀ, ਉਹਨਾਂ ਦੇ ਵਿੱਚ ਲੂਪ ਹੋਲ ਛੱਡ ਕੇ ਉਹਨਾਂ ਨੂੰ ਕੋਰਟ ਦੇ ਵਿੱਚ ਲੜਦੀਆਂ ਛੱਡ ਦਿੰਦੇ ਸੀ ਤਾਂ ਕਿ ਅੱਗੇ ਜਾ ਕੇ ਭਰਤੀ ਜਿਹੜੀ ਚੈਲੰਜ ਹੋ ਜਾਵੇ ਕੋਰਟ ਦੇ ਵਿੱਚ। ਤਾਂ ਪੰਜਾਬ ਦੇ ਵਿੱਚ 20,000 ਤੋਂ ਵੱਧ ਜਿਹੜੀਆਂ ਅਸਾਮੀਆਂ ਨੇਗੀਆਂ ਉਹ ਲਟਕਦੀਆਂ ਪਈਆਂ ਨੇ, ਉਹ ਪੂਰੀਆਂ ਨਹੀਂ ਹੋ ਪਈਆਂ, ਉਹ ਭਰਤੀਆਂ ਪੂਰੀਆਂ ਨਹੀਂ ਹੋਈਆਂ ਹੈਗੀਆਂ। ਕਿਉਂ? ਕਿਉਂਕਿ ਸਰਕਾਰ ਦੀ ਜਿਹੜੀ ਹੈਗੀ ਉਹ ਨੀਅਤ ਹੈ ਨਹੀਂ ਸੀਗੀ ਕਿ ਅਸੀਂ ਇਹਨਾਂ ਨੂੰ ਭਰਤੀ ਕਰੀਏ। ਜੇ ਉਹ ਭਰਤੀ ਹੋ ਜਾਂਦੀ ਤਾਂ ਜਿਹੜੇ ਸਰਕਾਰੀ ਵਿਭਾਗ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਜਾਨ ਪੈਣ ਵਾਲੀ ਗੱਲ ਹੋਣੀ ਸੀ। ਇਸ ਮੁੱਦੇ ਦੇ ਉੱਤੇ ਕਿਸੇ ਵੀ ਪਾਰਟੀ ਨੇ ਕੋਈ ਗੱਲ ਨਹੀਂ ਕਰ ਰਹੀ ਕਿ ਇਹਨਾਂ ਭਰਤੀਆਂ ਜਿਹੜੀਆਂ ਐਵੇਂ ਰੁਕੀਆਂ ਨੇ ਇਹਨਾਂ ਦਾ ਕੀ ਅਸੀਂ ਕੀ ਕਰਾਂਗੇ। ਜਿਹੜਾ ਰੁਜ਼ਗਾਰ ਆ, ਰੁਜ਼ਗਾਰ ਦੇਣਾ ਕਿਵੇਂ ਹੈਗਾ, ਕਿਸੇ ਪਾਰਟੀ ਕੋਲ ਕੋਈ ਪ੍ਰੋਗਰਾਮ ਨਹੀਂ ਹੈ ਕਿ ਰੁਜ਼ਗਾਰ ਅਸੀਂ ਦੇਣਾ ਕਿਵੇਂ ਆ। ਸਿਹਤ ਸਹੂਲਤਾਂ ਅਸੀਂ ਫ੍ਰੀ ਕਿਵੇਂ ਕਰਾਂਗੇ, ਮੁਫ਼ਤ ਕਿਵੇਂ ਦੇਣੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣੀਆਂ ਨੇ, ਇਹਦੇ 'ਤੇ ਕੋਈ ਗੱਲ ਨਹੀਂ। ਫ੍ਰੀ ਐਜੂਕੇਸ਼ਨ ਜਿਹੜੀ ਆ ਮੁਫ਼ਤ ਕਿਵੇਂ ਦੇਣੀ ਹੈਗੀ, ਇਹਦੇ 'ਤੇ ਕੋਈ ਏਜੰਡਾ ਨਹੀਂ, ਕਿਸੇ ਪਾਰਟੀ ਦੇ ਏਜੰਡੇ 'ਤੇ ਇਹ ਗੱਲ ਹੈ ਨਹੀਂ। ਮੈਂ ਇੱਕ ਐਗਜ਼ਾਮਪਲ ਦਿੰਦਾ ਛੋਟੀ ਜੀ, ਪੰਜਾਬ ਦੇ ਵਿੱਚ ਸਰਕਾਰੀ ਕਾਲਜ ਨੇ 47 ਸਰਕਾਰੀ ਕਾਲਜ ਨੇ, ਪਹਿਲਾਂ ਇਹ 56 ਹੁੰਦੇ ਸੀ ਤਾਂ ਉਹਦੇ ਵਿੱਚੋਂ ਬੰਦ ਕਰਤੇ ਸਰਕਾਰ ਨੇ। ਤਾਂ ਜਿਹੜੇ 47 ਕਾਲਜ ਨੇ ਇਹਨਾਂ ਦੇ ਵਿੱਚ ਪਿਛਲੇ 25 ਸਾਲਾਂ ਤੋਂ ਭਰਤੀ ਨਹੀਂ ਹੋਈ, ਰੈਗੂਲਰ ਭਰਤੀ ਨਹੀਂ ਹੋਈ, ਜਿਹਦੇ ਕਰਕੇ ਕਾਲਜ ਦਿਨੋਂ ਦਿਨ ਜਿਹੜੇ ਬੰਦ ਹੁੰਦੇ ਜਾ ਰਹੇ ਨੇ। ਮੈਂ ਇੱਕ ਐਗਜ਼ਾਮਪਲ ਦਿੰਦਾ ਮਹਿੰਦਰਾ ਕਾਲਜ ਦੀ। ਮਹਿੰਦਰਾ ਕਾਲਜ ਦੇ ਵਿੱਚ ਕੀ ਸੀਗਾ, 2015 ਦੇ ਵਿੱਚ 3,000 ਸੀਟ ਸੀਗੀ ਗ੍ਰੈਜੂਏਸ਼ਨ ਦੀ, ਤਾਂ ਉਹਦੇ 'ਤੇ ਕੱਟ ਮਾਰ ਕੇ ਇਸ ਵਾਰ 1200 ਕਰ ਦਿੱਤੀ ਗਈ ਸੀਟ ਗ੍ਰੈਜੂਏਸ਼ਨ ਦੀ। ਤਾਂ 1800 ਵਿਦਿਆਰਥੀ ਜਿਹੜਾ ਗਾ ਉਹ ਬਾਹਰ ਕਰ ਦਿੱਤਾ ਗਿਆ ਸਰਕਾਰੀ ਕਾਲਜ ਤੋਂ, ਉਹ ਕਿੱਥੇ ਗਿਆ ਗਾ, ਉਹ ਸਾਰਾ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਗਿਆ ਗਾ। ਇਹਦੇ ਨਾਲ ਕੀ ਆ, ਇਹਨਾਂ ਵਿਭਾਗਾਂ ਨੂੰ, ਇਹਨਾਂ ਕਾਲਜਾਂ ਨੂੰ ਜਿਹੜਾ ਗਾ ਇਸ ਤਰ੍ਹਾਂ ਇਹਨਾਂ ਦੇ ਉੱਤੇ ਕਾਨੂੰਨੀ ਰੂਪ ਦੇ ਵਿੱਚ ਜਾ ਭਰਤੀਆਂ ਨਾ ਕਰਕੇ ਇਹਨਾਂ ਨੂੰ ਬੰਦ ਕਰਨ ਵਾਲੇ ਪਾਸੇ ਦੇ ਜਿਹੜੀਆਂ ਸਰਕਾਰਾਂ ਚੱਲਦੀਆਂ ਪਈਆਂ ਨੇਗੀਆਂ, ਅਤੇ ਨਾਲ ਦੀ ਨਾਲ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇ, ਪ੍ਰਾਈਵੇਟ ਅਦਾਰੇ ਨੇ, ਉਹ ਵੱਧ ਫੁੱਲ ਰਹੇ ਨੇਗੇ। ਐਤਕੀ ਜਿਹੜੇ ਆ ਕਾਂਗਰਸ ਸਰਕਾਰ ਨੇ ਕਿੱਦਾਂ ਦੇ ਪੰਜਾਬ ਦੇ ਵਿੱਚ ਕੰਮ ਕੀਤੇ ਆ, ਉਹ ਐਤਕੀ ਤੁਸੀਂ ਕਿਹਨਾਂ ਦੀ ਸਰਕਾਰ ਚਾਹੁੰਦੇ ਆ ਜੀ? ਸਰਕਾਰ ਦਾ ਕੁਛ ਨਹੀਂ ਪਤਾ ਕਿਹੜੀ ਆਊਂਗੀ, ਇਹਨਾਂ ਦਾ ਐਤਕੀ ਕੋਈ ਹੈ ਨਹੀਂ ਹਿਸਾਬ ਕਿਤਾਬ, ਰਲ ਮਿਲ ਕੇ ਆਊਂਗੀ ਸਰਕਾਰ। ਤੁਸੀਂ ਕੀ ਚਾਹੁੰਦੇ ਜੀ, ਕਿਹਨਾਂ ਦੀ ਸਰਕਾਰ ਆਵੇ? ਸਾਰੇ ਇੱਕੋ ਜਿਹੇ ਹੀ ਆ, ਜਿਹੜੀ ਮਰਜ਼ੀ ਆਵੇ ਤਾਂ ਉਹਨਾਂ ਨੇ ਕਿਹੜਾ ਸਾਡੇ ਲਈ ਕੁਛ ਕਰਨਾ ਆ। ਕਾਂਗਰਸ ਸਰਕਾਰ ਨੇ ਦੁਕਾਨਦਾਰਾਂ ਲਈ ਕੁਛ ਸੋਚਿਆ ਜੀ, ਕੁਛ ਕੀਤਾ ਜੀ? ਕੁਛ ਨਹੀਂ ਕੀਤਾ ਹੈਗਾ ਜੀ। 4.5 ਸਾਲ ਕੈਪਟਨ ਨੇ ਕੰਮ ਕੀਤਾ ਆਪਣੇ, ਉਹਨਾਂ ਦੇ ਕਿੱਦਾਂ ਦੇ ਕੰਮ ਰਹੇ ਜੀ? ਕੋਈ ਕੰਮ ਨਹੀਂ ਵਧੀਆ ਹੈਗਾ ਜੀ। ਅਤੇ 5 ਸਾਲ ਬੀਤੇ ਆ, ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਆ ਜੀ? 5 ਸਾਲ ਤਾਂ ਇੱਦਾਂ ਹੀ ਲੰਘ ਗਏ ਜੀ। ਜੀ, 4.5 ਸਾਲ ਕੈਪਟਨ ਨੇ ਰਾਜ ਕੀਤਾ ਪੰਜਾਬ ਦੇ ਵਿੱਚ, ਕਿੱਦਾਂ ਦਾ ਵਿਕਾਸ ਹੋਇਆ ਪੰਜਾਬ ਦਾ? ਵਿਕਾਸ ਨਹੀਂ ਹੋਇਆ ਜੀ।
ਮੌਜੂਦਾ ਹਾਲਾਤ ਚੱਲਦੇ ਪਏ ਨੇ ਅੱਜ ਦੇਖਦੇ ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਸਰਕਾਰ ਰਹੀ ਹੈ ਇਹਨਾਂ ਨੇ ਕਿਸੇ ਤਰੀਕੇ ਦਾ ਵੀ ਕੋਈ ਡਿਵੈਲਪਮੈਂਟ ਦਾ ਕੰਮ ਜਾਂ ਕੋਈ ਕਹੀਏ ਅਤੇ ਕਰਪਸ਼ਨ ਨੂੰ ਜ਼ਿਆਦਾ ਬੜਾਵਾ ਦਿੱਤਾ ਹੈ। ਅੱਜ ਅਸੀਂ ਚਾਹੁੰਦੇ ਹਾਂ ਵੀ ਹੱਲ ਹਰ ਵਰਗ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਕਿ ਹੈਲਥ ਦਾ ਕੰਮ ਹੈ ਸਭ ਤੋਂ ਮੇਨ ਮੁੱਦਾ ਤਾਂ ਹੈਲਥ ਹੋਣਾ ਚਾਹੀਦਾ, ਉਸ ਤੋਂ ਬਾਅਦ ਐਜੂਕੇਸ਼ਨ ਹੈ, ਇਹ ਦੋ ਚੀਜ਼ਾਂ, ਤੀਜਾ ਨੰਬਰ ਬੇਰੁਜ਼ਗਾਰੀ। ਇਹਨਾਂ ਤਿੰਨਾਂ ਚੀਜ਼ਾਂ ਨੂੰ ਨਾਲ ਲੈ ਕੇ ਜਿਹੜੀ ਸਰਕਾਰ ਆਵੇ ਉਹ ਇਹਦੇ ਵਾਸਤੇ ਅੱਛਾ ਸੋਚ ਕੇ ਅਤੇ ਅੱਛੀ ਪਬਲਿਕ ਨੂੰ ਜਿਹੜਾ ਕਿ ਰਾਹਤ ਦੇਵੇ, ਇਹੋ ਜਿਹੀ ਸਰਕਾਰ ਹੀ ਬਣਨੀ ਚਾਹੀਦੀ ਹੈ ਜਿਹੜੀ ਕਿ ਤਿੰਨ ਚੀਜ਼ਾਂ 'ਤੇ ਜ਼ਿਆਦਾ ਕੰਮ ਕਰੇ। ਨੁਮਾਇੰਦਾ ਜਿਸ ਤਰ੍ਹਾਂ ਕਿ ਜੋ ਪਬਲਿਕ ਦੇ ਵਿੱਚ ਇੱਕ ਵੇਖੇ ਵੀ ਉਹਨਾਂ ਦਾ ਦੁੱਖ ਤਕਲੀਫ ਕੀ ਹੈ ਔਰ ਉਸ ਉੱਤੇ ਜੋ ਇੱਥੇ ਲੋੜਾਂ ਨੇ ਜਿਸ ਤਰ੍ਹਾਂ ਕਿ ਆਪਣਾ ਹੈਲਥ ਜਾਂ ਐਜੂਕੇਸ਼ਨ, ਸਾਡਾ ਜਿੰਨਾ ਵੀ ਲਗਭਗ ਅੱਜ ਕਮਾਈ ਹੈ ਉਹ ਹੈਲਥ ਔਰ ਐਜੂਕੇਸ਼ਨ ਵਿੱਚ ਹੀ ਜਾ ਰਹੀ ਹੈ, ਇਸ ਦੇ ਉੱਤੇ ਜ਼ਰੂਰੀ ਗੌਰ ਕਰਨੀ ਚਾਹੀਦੀ ਹੈ ਹਰ ਲੀਡਰ ਨੂੰ। ਜਿੱਦਾਂ ਇੱਕ ਆਪਾਂ ਜਨਰੇਸ਼ਨ ਯੰਗ ਜਨਰੇਸ਼ਨ ਦੇ ਨਾਤੇ ਮੈਂ ਗੱਲ ਕਰਾਂ, ਸਭ ਤੋਂ ਮੇਨ ਮੁੱਦਾ ਹੈਗਾ ਬੇਰੁਜ਼ਗਾਰੀ ਦਾ। ਬੇਰੁਜ਼ਗਾਰੀ ਸਾਡੇ ਪੰਜਾਬ ਦੇ ਲਈ ਇੱਕ ਕੋਹੜ ਬਣ ਚੁੱਕਿਆ ਹੈ। ਬੇਰੁਜ਼ਗਾਰੀ ਦਾ ਹੱਲ ਹੋਣਾ ਮੈਂ ਸਮਝਦਾ 200% ਨਾਲੋਂ 200% ਜ਼ਿਆਦਾ ਜ਼ਰੂਰੀ ਹੋਇਆ ਹੋਇਆ। ਬੇਰੁਜ਼ਗਾਰੀ ਸਭ ਤੋਂ ਬੜਾ ਮੁੱਦਾ ਹੈ। ਜੇ ਕੋਈ ਵੀ ਪਾਰਟੀ ਹੈ, ਕੋਈ ਵੀ ਰਾਜਨੀਤਿਕ ਪਾਰਟੀ ਲਾ ਲਓ, ਕੋਈ ਵੀ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਲਾ ਲਓ, ਉਹਨੂੰ ਉਹ ਸਿਰਫ ਔਰ ਸਿਰਫ ਫਸਟ ਔਰ ਫਸਟ ਕੰਮ ਜਿਹੜਾ ਬੇਰੁਜ਼ਗਾਰੀ ਦਾ ਕਰਨਾ ਚਾਹੀਦਾ। ਬੇਰੁਜ਼ਗਾਰੀ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ। ਵੀਰ ਜੀ, ਇਹੀ ਹੈ ਕਿ ਮੈਂ ਅਗਰ ਬਾਈ ਦੇ ਵੇ ਕਦੇ ਮੈਨੂੰ ਪੰਜਾਬ ਵਿੱਚ ਇੱਦਾਂ ਮੌਕਾ ਮਿਲਦਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦਾ ਮੁੱਦੇ ਨੂੰ ਹੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਅਗਰ ਬੇਰੁਜ਼ਗਾਰੀ ਹੱਲ ਹੋਊਗੀ, ਠੀਕ ਹੈ ਜੀ, ਉਹਦੇ ਨਾਲ ਸਾਡੇ ਲਈ ਅਪਰਚੁਨਿਟੀਜ਼ ਸਾਡੇ ਸਟੇਟ ਲਈ ਸਾਡੇ ਲਈ ਬਹੁਤ ਜ਼ਿਆਦਾ ਵਧਣਗੀਆਂ। ਬੇਰੁਜ਼ਗਾਰੀ ਮੁੱਦੇ ਨੂੰ ਮੈਂ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਸਭ ਤੋਂ ਪਹਿਲਾਂ ਜੇ ਮੈਂ ਬੇਰੁਜ਼ਗਾਰੀ ਨੂੰ ਹੱਲ ਕਰੂੰ। ਜੀ, ਮੈਂ ਆਪਣੇ ਹਲਕੇ ਦੀ ਜੋ ਗੱਲ ਕਰਾਂ, ਸਾਡੇ ਹਲਕੇ ਦਾ ਨੁਮਾਇੰਦਾ ਮੈਂ ਚਾਹੁੰਦਾ ਵੀ ਇਹੋ ਜਿਹਾ ਹੋਵੇ ਜੋ ਹਰ ਇੱਕ ਦੇ ਨਾਲ ਖੜ੍ਹਨ ਵਾਲਾ ਹੋਵੇ, ਜੋ ਹਰ ਇੱਕ ਦੇ ਨਾਲ ਦੇ ਦੁੱਖ ਨੂੰ ਸਮਝਣ ਵਾਲਾ ਹੋਵੇ। ਇਹ ਨਾ ਹੋਵੇ ਜੀ ਵੀ ਹਾਂਜੀ ਆ ਰਹੇ ਨੇ ਐਂ ਹੱਥ ਲਾ ਕੇ, ਉਹ ਵੀ ਉਹ ਪੁਰਾਣਾ ਟਾਈਮ ਚਲਾ ਗਿਆ ਵੀ ਦੂਰੋਂ ਆਏ ਗੱਡੀ ਦੇ ਵਿੱਚੋਂ ਹੱਥ ਲਾ ਕੇ ਲੰਘੇ, ਉਹ ਕੰਮ ਨਹੀਂ ਚਾਹੀਦਾ। ਮੈਂ ਚਾਹ ਰਿਹਾ ਵੀ ਲੋਕਾਂ ਦਾ ਨੁਮਾਇੰਦਾ, ਸਾਡੇ ਹਲਕੇ ਦਾ ਨੁਮਾਇੰਦਾ ਐਂ ਜਾ ਹੋਵੇ ਜੋ ਲੋਕਾਂ ਦੇ ਦੁੱਖ ਸੁੱਖ 'ਚ ਆਵੇ, ਲੋਕਾਂ ਦੇ ਨਾਲ ਖੜ੍ਹੇ, ਲੋਕਾਂ ਦੇ ਨਾਲ ਗੱਲਬਾਤ ਕਰੇ, ਲੋਕਾਂ ਨੂੰ ਉਹਦੇ ਬਾਰੇ ਪਤਾ ਹੋਵੇ, ਉਹਨੂੰ ਲੋਕਾਂ ਬਾਰੇ ਪਤਾ ਹੋਵੇ। ਠੀਕ ਹੈ ਜੀ, ਇਹ ਇਹੋ ਜਿਹਾ ਨੁਮਾਇੰਦਾ ਹੋਣਾ ਚਾਹੀਦਾ ਜੋ ਸਾਡੇ ਮਸਲੇ ਹੱਲ। ਇਹਨਾਂ ਚੋਣਾਂ ਦੇ ਵਿੱਚ ਜਿਹੜਾ ਪੋਲੀਟੀਕਲ ਪਾਰਟੀਆਂ ਵੱਲੋਂ ਮੁੱਦਾ ਉਛਾਲਿਆ ਜਾ ਰਿਹਾ ਹੈ, ਉਹ ਸਭ ਤੋਂ ਵੱਡਾ ਮੁਫਤਖੋਰੀ ਦਾ ਮੁੱਦਾ ਹੈ। ਹਰ ਪਾਰਟੀ ਇੱਕ ਦੂਜੇ ਤੋਂ ਵੱਧ ਕੇ ਮੁਫਤਖੋਰੀ ਦੇ ਜਿਹੜੇ ਲਾਲਚ ਦੇ ਰਹੀ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜੇ ਲਾਲਚ ਨੇ ਇਹ ਨਹੀਂ ਦੇਣੇ ਚਾਹੀਦੇ, ਬਲਕਿ ਰੁਜ਼ਗਾਰ ਦੇਣਾ ਚਾਹੀਦਾ। ਰੁਜ਼ਗਾਰ ਹੈ ਜਿਹੜਾ ਅੱਜ, ਜੇ ਰੁਜ਼ਗਾਰ ਨਹੀਂ ਹੈਗਾ ਤਾਂ ਉਹਦਾ ਕਾਰਨ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਬਾਹਰਲੇ ਮੁਲਕਾਂ ਨੂੰ ਜਾਣ ਦੀ ਹੋੜ ਦੇ ਵਿੱਚ ਲੱਗੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਜਿਹੜਾ ਫਿਊਚਰ ਹੈ ਉਹ ਪੰਜਾਬ ਦੇ ਵਿੱਚ ਸੁਰੱਖਿਅਤ ਨਹੀਂ ਹੈ, ਅਸੀਂ ਵੱਧ ਫੁੱਲ ਨਹੀਂ ਸਕਦੇ ਕਿਉਂਕਿ ਬੇਰੁਜ਼ਗਾਰੀ ਇੰਨੀ ਜ਼ਿਆਦਾ ਵਧੀ ਹੋਈ ਹੈ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਮੁੱਦੇ ਹੈਗੇ ਆ ਉਹਦੇ ਵਿੱਚ ਇੱਕ ਤਾਂ ਮੁੱਦਾ ਪਾਣੀਆਂ ਦਾ ਮੁੱਦਾ ਜਿਹੜਾ ਹੈਗਾ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਚੰਡੀਗੜ੍ਹ ਦਾ ਮੁੱਦਾ, ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ। ਪਰ ਮੈਂ ਜਿਹੜਾ ਮੈਂ ਸਮਝਦਾ ਕਿ ਮੁੱਦਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ ਜ਼ਰੂਰੀ ਹੈ ਉਹ ਇਹ ਹੈ ਕਿ ਪ੍ਰਾਈਵੇਟਾਈਜੇਸ਼ਨ ਹੈ ਜਿਹੜਾ ਉਹ ਖਤਮ ਹੋਣੀ ਚਾਹੀਦੀ ਹੈ। ਜਿਹੜਾ ਇਹ ਮੁੱਦਾ ਹੈ ਕੋਈ ਵੀ ਨਹੀਂ, ਕੋਈ ਪੋਲੀਟੀਕਲ ਪਾਰਟੀ ਇਸ ਮੁੱਦੇ ਨੂੰ ਨਹੀਂ ਚੱਕ ਰਹੀ, ਕਿਉਂਕਿ ਜਿੰਨਾ ਚਿਰ ਪ੍ਰਾਈਵੇਟਾਈਜੇਸ਼ਨ ਹੈ ਉਦੋਂ ਤੱਕ ਵਿਕਾਸ ਨਹੀਂ ਹੋ ਸਕਦਾ। ਕਾਰਨ ਹੈ ਕਿ ਜੇ ਸਕੂਲ ਪ੍ਰਾਈਵੇਟ ਨੇ ਤਾਂ ਉੱਧਰਲੇ ਪਾਸੇ ਨੂੰ ਜ਼ਿਆਦਾ, ਪ੍ਰਾਈਵੇਟ ਸਕੂਲ ਇੰਨੇ ਵਧੀਆ ਕਿਉਂ ਨੇ, ਸਰਕਾਰੀ ਸਕੂਲ ਕਿਉਂ ਨਹੀਂ ਹੈਗੇ? ਲੋਕ ਪ੍ਰਾਈਵੇਟ ਸਕੂਲ ਦੇ ਵਿੱਚ ਬੱਚੇ ਨੂੰ ਕਿਉਂ ਲਾਉਣਾ ਚਾਹੁੰਦੇ ਨੇ ਜਿੱਥੇ ਇੱਕ ਟੀਚਰ ਦੀ 10,000 ਰੁਪਈਆ, 15,000 ਰੁਪਈਆ, ਕਈ ਸਕੂਲ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਟੀਚਰਾਂ ਦੀ 3,000-3,000 ਰੁਪਈਆ ਵੀ ਤਨਖਾਹ ਹੈ, ਪਰ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਨੇ ਉਹਨਾਂ ਦੀ ਤਨਖਾਹ ਹੈ ਜਿਹੜੀ ਉਹ ਕਿਸੇ ਦੀ 80,000 ਹੈ, ਕਿਸੇ ਦੀ 70,000 ਹੈ, ਕਿਸੇ ਦੀ 60,000 ਹੈ, ਕਿਸੇ ਦੀ 50,000 ਹੈ, ਕਿਸੇ ਦੀ 1,00,000 ਰੁਪਈਆ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜ਼ਿਆਦਾ ਸਾਡੇ ਸਕੂਲ ਜਿਹੜੇ ਸਰਕਾਰੀ ਨੇ ਉਹਨਾਂ ਦੀ ਉਹਨਾਂ ਵੱਲ ਸਰਕਾਰ ਹੈ ਜਿਹੜੀ ਉਹ ਧਿਆਨ ਨਹੀਂ ਦਿੰਦੀ, ਪ੍ਰਾਈਵੇਟ ਵੱਲ ਜ਼ਿਆਦਾ ਜਿਹੜਾ ਧਿਆਨ ਹੈ। ਸਰਕਾਰੀ ਜਿਹੜੇ ਹੋਸਪਿਟਲ ਨੇ ਉਹਨਾਂ ਦੀ ਵੀ ਇਹੀ ਹਾਲਤ ਹੈ, ਭਾਵੇਂ ਅਸੀਂ ਬੀਮਾ ਯੋਜਨਾਵਾਂ ਚੱਲਦੀਆਂ ਨੇ ਉਹ ਸਰਕਾਰੀ ਜਿਹੜਾ ਹੈਗੇ ਆ ਉੱਥੇ ਕੋਈ ਜਾਣਾ ਨਹੀਂ ਚਾਹੁੰਦਾ ਕਿਉਂਕਿ ਉੱਥੇ ਪ੍ਰੋਪਰ ਤਰੀਕੇ ਦਾ ਇਲਾਜ ਸਾਨੂੰ ਨਹੀਂ ਮਿਲਦਾ। ਸੋ ਮੈਂ ਸਮਝਦਾ ਵੀ ਜਿਹੜੇ ਪ੍ਰਾਈਵੇਟ ਸੈਕਟਰ ਹੈ ਇਹਨੂੰ ਘਟਾਉਣਾ ਚਾਹੀਦਾ ਔਰ ਸਰਕਾਰੀ ਹੈ ਜਿਹੜਾ ਤੰਤਰ ਹੈ ਇਹਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ। ਦੇਖੋ, ਪਿਛਲੇ 5 ਸਾਲ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤੀ ਜਾਣੂ ਆ ਵੀ ਕਾਂਗਰਸ ਦੀ ਸਰਕਾਰ ਸੀ, ਕੈਪਟਨ ਸਾਹਿਬ ਉਦੋਂ CM ਸੀ,
ਅਤੇ ਕੈਪਟਨ ਸਾਹਿਬ ਨੇ ਜਿਹੜਾ ਵਾਅਦਾ ਕੀਤਾ ਸੀ ਦਮਦਮਾ ਸਾਹਿਬ ਵੱਲ ਨੂੰ ਗੁਟਕਾ ਸਾਹਿਬ ਫੜ ਕੇ ਕਿ ਅਸੀਂ ਚਿੱਟਾ ਖਤਮ ਕਰਾਂਗੇ, ਚਿੱਟਾ ਖਤਮ ਹੋਇਆ ਜੀ। ਪਲੱਸ ਆਪਣਾ ਐਜੂਕੇਸ਼ਨ ਦਾ ਲਾ ਲਓ, ਇਹਨਾਂ ਨੇ ਕਿਹਾ ਸੀ ਕਿ ਹਰ ਘਰ ਦੇ ਵਿੱਚ ਘਰ ਘਰ ਨੌਕਰੀ ਮਿਲੂਗੀ। ਦੋ ਘਰ ਛੱਡ ਕੇ, ਚਾਰ ਘਰ ਛੱਡ ਕੇ ਮਿਲੀ ਹੋਵੇ ਕਿਸੇ ਨੂੰ, ਮੈਨੂੰ ਆ ਕੇ ਦੱਸ ਸਕਦਾ। ਚਾਹੇ ਆਪਾਂ ਸੜਕਾਂ ਦੀ ਗੱਲ ਕਰ ਲਓ, ਚਾਹੇ ਐਜੂਕੇਸ਼ਨ ਦੀ ਗੱਲ ਕਰ ਲਓ, ਚਾਹੇ ਚਿੱਟੇ ਦੀ ਗੱਲ ਕਰ ਲਓ, ਨਸ਼ੇ ਦੀ, ਨਸ਼ਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕਿੰਨਾ ਕੁ ਹੁਣ ਇਸ ਟਾਈਮ ਫੈਲਿਆ ਪਿਆ ਹੈ। ਗੁੰਡਾਗਰਦੀ ਦੀ ਗੱਲ ਕਰ ਲਓ, MC ਇਲੈਕਸ਼ਨਾਂ ਦੀ ਗੱਲ ਕਰ ਲਓ, ਕੋਈ ਇਹੋ ਜਿਹਾ ਮੁੱਦਾ ਹੀ ਨਹੀਂ ਹੈ ਜੀ ਜਿਹੜਾ ਇਹਨਾਂ ਨੇ, ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਕੋਈ ਕੰਮ ਇਹੋ ਜਿਹਾ ਕੀਤਾ ਹੋਵੇ ਵੀ ਅਸੀਂ ਇਹਨਾਂ ਦੇ ਨਾਲ ਤੁਰ ਪਈਏ। ਪੰਜਾਬ ਨਸ਼ੇ 'ਚ ਡੁੱਬਿਆ ਪਿਆ ਹੈ, ਜਾਂ ਬਾਹਰ ਨੂੰ ਜਿਹੜੇ ਵੈੱਲ ਐਜੂਕੇਟਡ ਮੁੰਡੇ ਨੇ ਉਹ ਸਾਰੇ ਬਾਹਰ ਨੂੰ ਭੱਜ ਰਹੇ ਨੇ। ਹਾਲਾਤ ਮਾੜੇ ਹੋਏ ਪਏ ਨੇ ਜੀ ਇਸ ਟਾਈਮ ਪੰਜਾਬ ਦੇ। ਅਮਲੋਹ ਰੋਡ ਦੀ ਗੱਲ ਕਰ ਲਓ, ਸਾਡੇ ਸ਼ਹਿਰ ਦੇ ਵਿੱਚ ਸੜਕਾਂ ਦੀ ਗੱਲ ਆਪਾਂ ਵਿੱਚ ਕਰ ਰਹੇ ਸੀਗੇ। ਅਮਲੋਹ ਰੋਡ ਦੇ ਉੱਤੇ ਤੁਸੀਂ ਦੇਖ ਲਓ, ਇੱਕ ਬੰਦਾ ਜੇ ਜਾਊਗਾ ਤਾਂ 1.5 ਕਿਲੋ ਦੇ ਮੂੰਹ ਦੇ ਉੱਤੇ ਮਿੱਟੀ ਪੈਂਦੀ ਹੈ। ਹਲਕੇ ਦੇ ਵਿੱਚ ਚਾਹੇ ਅਮਲੋਹ ਰੋਡ ਦੀ ਗੱਲ ਹੈ, ਚਾਹੇ ਐਜੂਕੇਸ਼ਨ ਦੀ ਗੱਲ ਆ, ਸਕੂਲਾਂ ਦੀ ਗੱਲ ਹੈ, ਕਿਸੇ ਵੀ ਤਰ੍ਹਾਂ ਨਾਲ ਆਪਾਂ ਦੇਖ ਲਈਏ ਵੀ ਜੀਰੋ ਇਸ ਟਾਈਮ ਸਾਡਾ ਹਲਕਾ ਅਮਲੋਹ ਜੀਰੋ ਹੋਇਆ ਪਿਆ, ਕੋਈ ਕੰਮ ਨਹੀਂ ਇੱਥੇ ਹੋਇਆ। ਤਾਂ ਲਾ ਲਓ ਨੌਕਰੀ, ਘਰ ਘਰ ਨੌਕਰੀ, ਬੇਰੁਜ਼ਗਾਰ ਪੂਰਾ ਤੁਹਾਨੂੰ ਪਤਾ ਹੀ ਆ, 2500 ਰੁਪਈਆ ਭੱਤਾ, ਠੀਕ ਹੈ ਜੀ। ਅਤੇ ਨਾ ਕੋਈ ਸਰਕਾਰੀ ਹੋਸਪਿਟਲ ਵਧੀਆ ਚੱਜਦੇ, ਨਾ ਕੋਈ ਉਰੇ ਕੰਮਕਾਰ ਵਧੀਆ, ਸਾਰੇ ਹੀ ਪੰਜਾਬ ਦਾ ਬੁਰਾ ਹਾਲ ਕਰਤਾ ਇਹਨਾਂ ਨੇ। ਗੱਲ ਦੇਖੋ ਜੀ, ਨੌਕਰੀ ਸਭ ਨਾਲੋਂ ਵੱਡੀ ਗੱਲ ਆ। ਦੇਖੋ ਟੀਚਰ ਦੇਖੋ ਕਿਵੇਂ ਦਰ ਦਰ 'ਤੇ ਫਿਰਦੇ ਨੇ, ਨਾ ਕੋਈ ਸਕੂਲਾਂ 'ਚ ਟੀਚਰ ਆ, ਨਾ ਹੋਸਪਿਟਲਾਂ 'ਚ ਕੋਈ ਡਾਕਟਰ ਨੇ। ਪਹਿਲਾਂ ਸਭ ਨਾਲੋਂ ਪਹਿਲਾਂ ਤਾਂ ਇਹ ਜ਼ਰੂਰੀ ਆ, ਫਿਰ ਸਾਡੇ ਮੈਡੀਕਲ ਜ਼ਰੂਰੀ ਨੇ, ਸਕੂਲ ਜ਼ਰੂਰੀ ਆ, ਬੱਚੇ ਨੇ ਉੱਥੇ ਬੱਚੇ ਜਾਂਦੇ ਨੇ, ਉੱਥੇ ਕੋਈ ਟੀਚਰ ਨਹੀਂ ਹੁੰਦੇ। ਦੇਖਿਆ ਜਾਵੇ ਤਾਂ ਉਹਦੇ ਦੇਖਿਆ ਹੋਵੇ 300-300 400-400 ਬੰਦੇ ਦੀ ਰੈਲੀ ਹੁੰਦੀ ਆ, ਔਰ ਉੱਥੇ ਹੀ ਜਿੱਥੇ ਸਾਡੇ ਇਲੈਕਸ਼ਨ ਦੀ ਬੋਲੀ ਵੋਟ ਪੈਣੀ ਆ, ਊਂ ਤਾਂ ਬੱਚੇ ਜੇ ਸਕੂਲ ਜਾਂਦੇ ਤਾਂ ਉੱਥੇ ਕਰੋਨਾ ਹੈ, ਇਲੈਕਸ਼ਨ ਵੇਲੇ ਉੱਥੇ ਕੋਈ ਕਰੋਨਾ ਨਹੀਂ ਹੈਗਾ, ਸਕੂਲ ਬੰਦ ਪਏ ਨੇ। ਮੈਂ ਤਾਂ ਸਭ ਨਾਲੋਂ ਪਹਿਲਾਂ ਤਾਂ ਨੌਕਰੀ ਅਤੇ ਹੋਸਪਿਟਲ ਦੇ ਡਾਕਟਰ ਅਤੇ ਰੁਜ਼ਗਾਰ, ਇਹ ਜ਼ਰੂਰੀ ਨੇ, ਇਹ ਮੁੱਦੇ ਪਹਿਲਾਂ ਕਰਨੇ ਨੇ।